ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਅਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 24 ਅਪ੍ਰੈਲ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 24 ਅਪ੍ਰੈਲ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਲ ਹੀ ਵਿੱਚ ICC ਵਿਸ਼ਵ ਕੱਪ ਟੂਰਨਾਮੈਂਟ ਪਹਿਲੀ ਵਾਰ ਕਿਹੜੇ ਦੇਸ਼ ਵਿੱਚ ਖੇਡਿਆ ਜਾਵੇਗਾ? ਹਾਂਜੀ, ICC ਵਿਸ਼ਵ ਕੱਪ ਟੂਰਨਾਮੈਂਟ ਪਹਿਲੀ ਵਾਰ ਅਮੈਰੀਕਾ ਦੇ ਵਿੱਚ ਖੇਡਿਆ ਜਾਵੇਗਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਦੇਖੋ, 1 ਜੂਨ ਤੋਂ ਲੈ ਕੇ 29 ਜੂਨ ਤੱਕ ਵੈਸਟ ਇੰਡੀਜ਼ ਅਤੇ ਅਮੈਰੀਕਾ ਦੇ ਵਿੱਚ T20 ਮੈਚ ਖੇਡਿਆ ਜਾਵੇਗਾ ਅਤੇ ਇਸ ਦੇ ਵਿੱਚ 20 ਟੀਮਜ਼ ਪਾਰਟੀਸਪੇਟ ਕਰਨਗੀਆਂ। 9 ਸਥਾਨਾਂ 'ਤੇ 55 ਮੈਚ ਖੇਡੇ ਜਾਣਗੇ ਅਤੇ ਪਹਿਲੀ ਵਾਰੀ ਹੋਇਆ ਜਦ ICC ਵਿਸ਼ਵ ਕੱਪ ਅਮੈਰੀਕਾ ਦੇ ਵਿੱਚ ਵੀ ਖੇਡਿਆ ਜਾਵੇਗਾ। ਠੀਕ ਹੈ, ਅਤੇ ਇਸ ਦੇ ਵਿੱਚ ਜਿਹੜੀ ਸਕਾਟਲੈਂਡ ਦੀ ਟੀਮ ਆ ਅਤੇ ਆਇਰਲੈਂਡ ਦੀ ਟੀਮ ਆ, ਇਸ ਨੇ ਆਪਣਾ ਜਿਹੜਾ ਸਪੋਂਸਰ ਆ ਉਹਨੂੰ ਬਣਾਇਆ ਵਾ, ਕਰਨਾਟਕ ਦੀ ਮਿਲਕ ਫੈਡਰੇਸ਼ਨ ਆ, ਇੱਕ ਬ੍ਰਾਂਡ ਆ ਜਿਸਦਾ ਨਾਮ ਆ ਨੰਦਨੀ। ਠੀਕ ਹੈ, ਅਤੇ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਦੀ ਜਰਸੀ ਦੇ ਉੱਪਰ ਵੀ ਲਿਖਿਆ ਹੋਵੇਗਾ ਸਕਾਟਲੈਂਡ ਦੀ ਟੀਮ 'ਤੇ ਅਤੇ ਆਇਰਲੈਂਡ ਦੀ ਟੀਮ 'ਤੇ। ਠੀਕ ਹੈ, ਇਸ ਨਾਲ ਰਿਲੇਟਿਡ ਵੀ ਤੁਹਾਨੂੰ ਆ ਸਕਦਾ। ਨੈਕਸਟ ਹੈ, ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿੰਨੇ ਖਿਡਾਰੀਆਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ? ਹਾਂਜੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਟੋਟਲ 4 ਖਿਡਾਰੀਆਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ। ਹੁਣ 4 ਖਿਡਾਰੀਆਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ, ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਆ ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ। ਇਹਨਾਂ ਨੂੰ ਹਾਲ ਹੀ ਵਿੱਚ ਮਿਆਮੀ ਓਪਨ ਜਿੱਤਣ ਲਈ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੂਸਰੇ ਖਿਡਾਰੀ ਆ ਜੀ, ਹਾਕੀ ਖੇਡਦਿਆਂ ਓਲੰਪਿਕ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੇ ਖਿਡਾਰੀ ਆ ਹਰਵਿੰਦਰ ਸਿੰਘ। ਇਹਨਾਂ ਨੂੰ ਵੀ ਰਾਸ਼ਟਰਪਤੀ ਭਵਨ ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫਿਰ ਆ ਤੀਰ ਅੰਦਾਜ਼ੀ ਕੋਚ ਪੂਰਨਿਮਾ ਮਹਾਤੋ, ਇਹਨਾਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਅਤੇ ਪ੍ਰਧਾਨ ਮੰਤਰੀ ਦ੍ਰੌਪਦੀ ਮੁਰਮੂ ਨੇ ਪੈਰਾ ਤੈਰਾਕ ਸਤਿੰਦਰ ਸਿੰਘ ਲੋਹੀਆ ਨੂੰ ਵੀ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਤੇ ਮੈਂ ਨੋਟ ਵੀ ਕਰ ਦਿੱਤੇ ਹੋਏ ਨੇ। PDF ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਅੱਜ ਸ਼ਾਮ ਨੂੰ ਸੈਂਡ ਕਰ ਦਿੱਤਾ ਜਾਵੇਗਾ, ਤੁਸੀਂ ਉਸ ਤੋਂ ਰੀਡ ਵੀ ਕਰ ਸਕਦੇ ਹੋ। ਨੈਕਸਟ ਹੈ ਜੀ, ਸਿਟਰੀਓਨ ਇੰਡੀਆ ਦੁਆਰਾ ਹਾਲ ਹੀ ਵਿੱਚ ਆਪਣਾ ਬ੍ਰਾਂਡ ਅੰਬੈਸਡਰ ਕਿਸ ਨੂੰ ਬਣਾਇਆ ਗਿਆ? ਹਾਂਜੀ, ਸਿਟਰੀਓਨ ਇੰਡੀਆ ਦੁਆਰਾ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਮਹਿੰਦਰ ਸਿੰਘ ਧੋਨੀ ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਬ੍ਰਾਂਡ ਅੰਬੈਸਡਰ ਦੀ ਗੱਲ ਆ ਤਾਂ ਹਾਂਜੀ, ਸਲਾਈਸ ਨੇ ਨੈਨ ਥਾਰਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ। BPCL ਨੇ ਨੀਰਜ ਚੋਪੜਾ ਨੂੰ ਸਪੀਡ ਪੈਟਰੋਲ ਲਈ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਚੇਨਈ ਸੁਪਰ ਕਿੰਗਜ਼ ਨੇ ਕੈਟਰੀਨਾ ਕੈਫ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਮਸਾਲਾ ਬ੍ਰਾਂਡ ਹੈ KPG, ਇਸ ਨੇ ਕਰੀਨਾ ਕਪੂਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਬਿਸਲਰੀ, ਟੈਕਨੋ ਅਤੇ ਹੁੰਡਈ ਮੋਟਰ ਇੰਡੀਆ ਨੇ ਦੀਪਿਕਾ ਪਾਦੂਕੋਣ ਨੂੰ ਆਪਣੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਚੁਣਿਆ। ਸੋਨੂ ਸੂਦ ਨੂੰ ਸਪਰਸ਼ ਕੰਪਨੀ, ਇੱਕ CCTV ਬ੍ਰਾਂਡ ਹੈ ਸਪਰਸ਼, ਇਸ ਨੇ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ। ASITIS ਨਿਊਟ੍ਰੀਸ਼ਨ ਨੇ ਰਵਿੰਦਰ ਜਡੇਜਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਰਣਵੀਰ ਕਪੂਰ ਨੂੰ ਹੋਜ਼ਰ ਪੈਨ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ। ਕੈਟਰੀਨਾ ਕੈਫ ਰਾਡੋ ਦੀ ਬ੍ਰਾਂਡ ਅੰਬੈਸਡਰ ਬਣੀ। ਨੈਕਸਟ ਹੈ, ਹਾਲ ਹੀ ਵਿੱਚ ਪਹਿਲਾ ਹਿੰਦੀ ਰੇਡੀਓ ਪ੍ਰਸਾਰਣ ਦਿਵਸ
ਸੌਰੀ ਦਿਵਸ ਨਹੀਂ ਪ੍ਰਸਾਰਣ ਕਿੱਥੇ ਸ਼ੁਰੂ ਹੋਇਆ? ਪਹਿਲਾਂ ਹਿੰਦੀ ਰੇਡੀਓ ਪ੍ਰਸਾਰਣ ਕਿੱਥੇ ਸ਼ੁਰੂ ਹੋਇਆ? ਤਾਂ ਇਹ ਸ਼ੁਰੂ ਹੋਇਆ ਵਾ ਜੀ ਕੁਵੈਤ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕੁਵੈਤ ਦੇ ਵਿੱਚ ਸ਼ੁਰੂ ਹੋਇਆ। ਇੰਡੀਆ ਅਤੇ ਕੁਵੈਤ ਦੇ ਸੰਬੰਧਾਂ ਨੂੰ ਕਾਇਮ ਕਰਨ ਦੇ ਲਈ ਪਹਿਲਾਂ ਹਿੰਦੀ ਰੇਡੀਓ ਪ੍ਰਸਾਰਣ ਕੁਵੈਤ ਵਿੱਚ ਸ਼ੁਰੂ ਕੀਤਾ ਗਿਆ। ਹਾਂਜੀ ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਤਸਵੀਰਾਂ ਨੂੰ ਵੀਡੀਓ ਵਿੱਚ ਬਦਲਣ ਲਈ ਬਾਸਾ 1 ਆਰਟੀਫਿਸ਼ਲ ਇੰਟੈਲੀਜੈਂਸ ਮਾਡਲ ਦੀ ਘੋਸ਼ਣਾ ਕੀਤੀ ਹੈ? ਹਾਂਜੀ ਦੇਖੋ, ਹੁਣ ਤੱਕ ਕੀ ਹੁੰਦਾ ਸੀ, ਹੁਣ ਤੱਕ ਅਸੀਂ ਇਮੇਜ ਲਗਾ ਕੇ ਵੀਡੀਓ ਬਣਾਉਂਦੇ ਸੀ, ਪਰ ਹੁਣ ਇੱਕ ਨਵੀਂ ਆਰਟੀਫਿਸ਼ਲ ਇੰਟੈਲੀਜੈਂਸ ਤਕਨੀਕ ਆਈ ਆ, ਜਿਸ ਦੇ ਵਿੱਚ ਕੀ ਹੈ ਕਿ ਇਮੇਜ ਦੇ ਵਿੱਚ ਹੀ, ਇਮੇਜ ਤੋਂ ਹੀ ਵੀਡੀਓ ਕ੍ਰੀਏਟ ਹੋ ਸਕਦੀ ਹੈ, ਜਿਵੇਂ ਪਲਕਾਂ ਝਪਕਣੀਆਂ, ਬੋਲਣਾ, ਇਹ ਸਾਰਾ ਇਮੇਜ ਤੋਂ ਹੀ ਵੀਡੀਓ ਕ੍ਰੀਏਟ ਕਰ ਸਕਦੇ ਹਾਂ ਅਸੀਂ। ਠੀਕ ਹੈ, ਤਾਂ ਇਹ ਬਣਾਏ ਆ, ਇਹ ਤਕਨੀਕ ਲੈ ਕੇ ਆਇਆ ਮਾਈਕਰੋਸੋਫਟ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਕਦੋਂ ਮਨਾਇਆ ਗਿਆ? ਹਾਂਜੀ ਹੁਣ ਤੱਕ ਅਸੀਂ ਮਨਾਉਂਦੇ ਸੀਗੇ ਇੰਟਰਨੈਸ਼ਨਲ ਅਰਥ ਡੇ, ਪਰ 2009 ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਸ ਦਾ ਨਾਮ ਰੱਖ ਦਿੱਤਾ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਜਾਂ ਅੰਤਰਰਾਸ਼ਟਰੀ ਮਾਤਰ ਧਰਤੀ ਦਿਵਸ। ਠੀਕ ਹੈ, ਤਾਂ ਹਰ ਸਾਲ 22 ਅਪ੍ਰੈਲ ਨੂੰ ਪ੍ਰਿਥਵੀ ਦੇ ਮਹੱਤਵ ਨੂੰ ਸਮਝਾਉਣ ਅਤੇ ਵਾਤਾਵਰਣ ਨੂੰ ਬਚਾਉਣ ਦੇ ਲਈ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਮਨਾਇਆ ਜਾਂਦਾ। ਇਸ ਦੀ ਸ਼ੁਰੂਆਤ ਤਾਂ ਹੋਈ ਸੀਗੀ 1969 ਦੇ ਵਿੱਚ, ਪਰ ਸੰਯੁਕਤ ਰਾਸ਼ਟਰ ਨੇ ਇਸ ਦਾ ਨਾਮ 2009 ਦੇ ਵਿੱਚ ਚੇਂਜ ਕੀਤਾ ਜਾ ਕੇ ਕਿ ਇਹਦਾ ਨਾਮ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਹੋਣਾ ਚਾਹੀਦਾ ਵਾ। ਠੀਕ ਹੈ, ਅਤੇ ਇਸ ਵਾਰ ਦੇ ਜਿਹੜਾ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ, ਇਹਦੇ ਨਾਲ ਰਿਲੇਟਿਡ ਇੰਪੋਰਟੈਂਟ ਫੈਕਟ ਤੁਹਾਨੂੰ ਕਰਵਾ ਦਿੰਦੀ ਹਾਂ। ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਵਜੋਂ ਮਨਾਇਆ ਜਾਂਦਾ ਵਾ, ਅਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਧਰਤੀ ਦੀ ਮਹੱਤਤਾ ਸਮਝਾਉਣਾ ਅਤੇ ਵਾਤਾਵਰਣ ਨੂੰ ਬਚਾਉਣਾ ਅਤੇ ਇਸ ਬਾਰੇ ਸੁਧਾਰ ਕਰਨ ਬਾਰੇ ਜਾਗਰੂਕ ਕਰਨਾ। ਦੇਖੋ ਇੱਥੇ ਅੰਤਰਰਾਸ਼ਟਰੀ ਆ, ਅੰਤਰਰਾਸ਼ਟਰੀ ਨਹੀਂ ਗਾ, ਇਹ ਵਰਲਡ ਅਰਥ ਡੇ ਆ। ਵਿਸ਼ਵ, ਵਿਸ਼ਵ ਦਾ ਮਤਲਬ ਹੁੰਦਾ ਜਿਹੜਾ ਦਿਨ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ। ਅੰਤਰਰਾਸ਼ਟਰੀ ਦਾ ਮਤਲਬ ਹੁੰਦਾ ਜਿਹੜਾ 2 ਜਾਂ 2 ਤੋਂ ਵੱਧ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ। ਰਾਸ਼ਟਰੀ ਦਾ ਮਤਲਬ ਹੁੰਦਾ ਜਿਹੜਾ ਸਿਰਫ ਇੱਕ ਦੇਸ਼ ਦੇ ਵਿੱਚ ਮਨਾਇਆ ਜਾਂਦਾ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤੇ ਧਰਤੀ ਦਿਵਸ ਮਨਾਉਣ ਦਾ ਵਿਚਾਰ ਸਭ ਤੋਂ ਪਹਿਲਾਂ 1969 ਦੇ ਵਿੱਚ ਯੂਨੈਸਕੋ ਦੀ ਇੱਕ ਕਾਨਫਰੰਸ ਰਾਹੀਂ ਸ਼ਾਂਤੀ ਕਾਰਕੁਨ ਜੋਹਨ ਮੈਕ ਕੋ ਨਲ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ, ਤੇ ਸ਼ੁਰੂ ਵਿੱਚ ਇਸ ਦਿਨ ਨੂੰ ਮਨਾਉਣ ਦਾ ਮਕਸਦ ਸਿਰਫ ਧਰਤੀ ਦਾ ਸਨਮਾਨ ਕਰਨਾ ਸੀ। ਠੀਕ ਹੈ, 2024 ਵਿੱਚ ਫਿਰ ਧਰਤੀ ਦੀ ਥੀਮ ਕੀ ਹੈ? 2024 ਦੀ ਇਹਦੀ ਥੀਮ ਆ ਜੀ ਪਲਾਨੈਟ ਵਰਸਸ ਪਲਾਸਟਿਕ। ਠੀਕ ਹੈ, ਇਸ ਥੀਮ ਦਾ ਉਦੇਸ਼ ਆ ਕਿ ਜਿਹੜੀ ਪਲਾਸਟਿਕ ਯੂਜ਼ ਆ ਉਸਦੀ ਵਰਤੋਂ ਨੂੰ ਖਤਮ ਕਰਨਾ ਵਾ, ਪਲਾਸਟਿਕ ਦੀਆਂ ਚੀਜ਼ਾਂ ਨੂੰ ਵਰਤਣਾ ਖਤਮ ਕਰਨਾ ਵਾ, ਇਸ ਦੇ ਵਿਕਲਪਾਂ ਦੀ ਖੋਜ ਤੇ ਜ਼ੋਰ ਦੇਣਾ ਵਾ। ਤੇ 2023 ਦੀ ਥੀਮ ਕੀ ਸੀਗੀ? ਇਨਵੈਸਟ ਇਨ ਅਵਰ ਪਲਾਨੈਟ। ਤੇ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 ਅਪ੍ਰੈਲ ਨੂੰ ਉਤਕਲ ਦਿਵਸ ਮਨਾਇਆ ਗਿਆ, 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ, 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ, 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਣ ਜਾਗਰੂਕਤਾ ਦਿਵਸ ਮਨਾਇਆ ਗਿਆ, 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ, 6 ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ, 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, 9 ਅਪ੍ਰੈਲ ਨੂੰ CRPF ਬਹਾਦਰੀ ਦਿਵਸ ਮਨਾਇਆ ਗਿਆ, 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ, 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਤੇ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ, 12 ਅਪ੍ਰੈਲ ਨੂੰ ਮਨੁੱਖੀ ਪੁਲਾੜ ਉਡਾਣ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ, 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ ਸਾਕਾ ਦਿਵਸ ਮਨਾਇਆ ਗਿਆ, 14 ਅਪ੍ਰੈਲ ਨੂੰ ਵਿਸ਼ਵ ਚਗਾਸ ਰੋਗ ਦਿਵਸ ਮਨਾਇਆ ਗਿਆ, 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਮਨਾਇਆ ਗਿਆ ਅਤੇ ਹਿਮਾਚਲ ਦਿਵਸ ਮਨਾਇਆ ਗਿਆ, 16 ਅਪ੍ਰੈਲ ਨੂੰ ਵਿਸ਼ਵ ਆਵਾਜ਼ ਦਿਵਸ ਮਨਾਇਆ ਗਿਆ, 17 ਅਪ੍ਰੈਲ ਨੂੰ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਗਿਆ, 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ, 19 ਅਪ੍ਰੈਲ ਨੂੰ ਵਿਸ਼ਵ ਜਿਗਰ ਦਿਵਸ ਮਨਾਇਆ ਗਿਆ,
20 ਅਪ੍ਰੈਲ ਨੂੰ ਰਾਸ਼ਟਰੀ ਦਿੱਖ ਦਿਵਸ ਮਨਾਇਆ ਗਿਆ, 21 ਅਪ੍ਰੈਲ ਨੂੰ ਰਾਸ਼ਟਰੀ ਸਿਵਲ ਸੇਵਾਵਾਂ ਦਿਵਸ ਮਨਾਇਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਬਾਘ ਦੀ ਇੱਕ ਨਵੀਂ ਪ੍ਰਜਾਤੀ ਖੋਜੀ ਗਈ ਆ? ਹਾਂਜੀ, ਬਾਘ ਦੀ ਇੱਕ ਨਵੀਂ ਪ੍ਰਜਾਤੀ ਖੋਜੀ ਗਈ ਆ ਜਿਹੜੀ ਕਿ ਬਾਘਾਂ ਨਾਲੋਂ ਥੋੜ੍ਹੀ ਜਿਹੀ ਛੋਟੀ ਦਿਖਦੀ ਆ ਪਰ ਬਿੱਲੀਆਂ ਨਾਲੋਂ ਵੱਡੀ ਆ। ਇਹ ਬ੍ਰਾਜ਼ੀਲ ਦੇ ਵਿੱਚ ਖੋਜੀ ਗਈ ਆ, ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਅਤੇ ਇਹ ਜਿਹੜੀ ਪ੍ਰਜਾਤੀ ਆ ਇਹ ਬ੍ਰਾਜ਼ੀਲ ਦੇ ਸੰਘਣੇ ਮੀਂਹ ਦੇ ਜੰਗਲਾਂ ਵਿੱਚ ਬਾਘ ਦੀ ਇੱਕ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਗਈ ਆ। ਕਲਾਉਡਡ ਟਾਈਗਰ ਕੈਟ ਦਾ ਇਸ ਨੂੰ ਨਾਮ ਦਿੱਤਾ ਗਿਆ ਵਾ, ਠੀਕ ਹੈ। ਅਤੇ ਐਮਾਜ਼ੋਨ ਰੈਨ ਫੋਰ ਫੋਰੈਸਟ ਜਿਸ ਨੂੰ ਬ੍ਰਾਜ਼ੀਲੀਅਨ ਰੈਨ ਫੋਰੈਸਟ ਵੀ ਕਿਹਾ ਜਾਂਦਾ, ਇਹ ਦੁਨੀਆ ਦਾ ਸਭ ਤੋਂ ਵੱਡਾ ਬਰਕਰਾਰ ਜੰਗਲ ਆ। ਅਤੇ ਇਹ ਇਕੱਲੇ ਬ੍ਰਾਜ਼ੀਲ ਵਿੱਚ 24 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਆ, ਜਿਸ ਵਿੱਚ 180 ਵੱਖ ਵੱਖ ਸਮੂਹਾਂ ਦੇ ਹਜ਼ਾਰਾਂ ਲੋਕ ਵੱਸਦੇ ਆ। ਅਤੇ ਹੁਣ ਇਹ ਬ੍ਰਾਜ਼ੀਲ ਦੇ ਵਿੱਚ ਮਿਲੀ ਆ ਪ੍ਰਜਾਤੀ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਾਜ਼ੀਲ। ਬ੍ਰਾਜ਼ੀਲ ਦੀ ਕੈਪੀਟਲ ਆ ਬ੍ਰਾਜ਼ੀਲੀਆ, ਕਰੰਸੀ ਆ ਬ੍ਰਾਜ਼ੀਲੀਅਨ ਰਿਆਲ, ਪ੍ਰੈਜ਼ੀਡੈਂਟ ਆ ਲੂਲਾ ਡਾ ਸਿਲਵਾ। ਨੈਕਸਟ ਹੈ, ਹਾਲ ਹੀ ਵਿੱਚ 2024 ਦਾ ਵਰਲਡ ਪ੍ਰੈਸ ਫੋਟੋ ਆਫ ਦੀ ਈਅਰ ਅਵਾਰਡ ਕਿਸ ਨੇ ਜਿੱਤਿਆ ਹੈ? ਹਾਂਜੀ, 2024 ਦਾ ਵਰਲਡ ਪ੍ਰੈਸ ਫੋਟੋ ਆਫ ਦੀ ਈਅਰ ਅਵਾਰਡ ਮਿਲਿਆ ਵਾ ਮੁਹੰਮਦ ਸਲੈਮ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮੁਹੰਮਦ ਸਲੈਮ, ਅਤੇ ਇਹਨਾਂ ਨੇ ਇਮੇਜ ਕਲਿੱਕ ਕੀਤੀ ਆ, ਠੀਕ ਹੈ, ਜਿਸ ਦੇ ਵਿੱਚ ਇੱਕ ਭਤੀਜੀ ਨੂੰ ਲਈ ਬੈਠੀ ਆ, ਇੱਕ ਭੂਆ ਇੱਕ ਮੁਰਦਾ ਭਤੀਜੀ ਨੂੰ ਲਈ ਬੈਠੀ ਹੈ, ਇਸ ਮੁਰਦਾ ਘਰ ਦੇ ਬਾਹਰ ਬੈਠੀ ਆ, ਠੀਕ ਹੈ। ਅਤੇ ਕਿੱਥੇ ਬੈਠੀ ਆ? ਫਿਲੀਪੀਨਸ ਦੇ ਵਿੱਚ। ਅਤੇ ਇਮੇਜ ਇਹਨਾਂ ਨੇ ਕਲਿੱਕ ਕੀਤੀ, ਇਸ ਕਰਕੇ ਇਹਨਾਂ ਨੂੰ ਇਹ ਅਵਾਰਡ ਮਿਲਿਆ ਵਾ। ਤਾਂ ਮਿਸਲ ਟੈਲਾ ਗ੍ਰਾਂਡੇ ਨੇ 2024 ਦਾ ਏਵਲ ਪੁਰਸਕਾਰ ਜਿੱਤਿਆ। ਅਮਿਤਾਭ ਘੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ 2024 ਦਿੱਤਾ ਗਿਆ। ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਿਕੇਨ ਯਾਮਾਮੋਟੋ ਨੇ 2024 ਦਾ ਪ੍ਰੀਟੀਅਕਰ ਅਵਾਰਡ ਜਿੱਤਿਆ। ਭਾਰਤ ਨੂੰ ਖਸਰਾ ਅਤੇ ਰੁਬੇਲਾ ਚੈਂਪੀਅਨ ਅਵਾਰਡ ਮਿਲਿਆ। ਕ੍ਰਿਸਟਲੇਨਾ ਪਿਜਕੋਵਾ ਮਿਸ ਵਰਲਡ 2023 ਦਾ ਖਿਤਾਬ ਜਿੱਤ ਚੁੱਕੀ ਆ। ਨੈਕਸਟ ਹੈ, ਹਾਲ ਹੀ ਵਿੱਚ ਸੋਨਪੇਨ ਕਬੀਲੇ ਨੇ ਪਹਿਲੀ ਵਾਰ ਵੋਟਿੰਗ ਵਿੱਚ ਕਿੱਥੇ ਹਿੱਸਾ ਲਿਆ? ਹਾਂਜੀ, ਸੋਮਪੇਨ ਕਲੇਨ ਜਾਣੀ ਕਿ ਕਬੀਲੇ ਨੇ ਪਹਿਲੀ ਵਾਰ ਵੋਟਿੰਗ ਵਿੱਚ ਹਿੱਸਾ ਲਿਆ ਗ੍ਰੇਟ ਨਿਕੋਬਾਰ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਤੇ ਦੇਖ ਸਕਦੇ ਹੋ ਇਹ ਜਿਹੜਾ ਇਮੇਜ ਦੇ ਵਿੱਚ ਕਬੀਲਾ ਵਾ, ਸੋਪੈਨ ਕਬੀਲਾ, ਇਸ ਦੇ ਬਾਰੇ ਜੇਕਰ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਦੱਸਾਂ ਤਾਂ ਇਹ ਜਿਹੜਾ ਕਬੀਲਾ ਵਾ ਸੋਪੈਂਸ ਕਬੀਲਾ ਖਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ ਵਿੱਚੋਂ ਇੱਕ ਆ। ਗ੍ਰੇਟ ਨਿਕੋਬਾਰ ਟਾਪੂ ਦੇ ਸੰਘਣੇ ਜੰਗਲਾਂ ਦੇ ਵਿੱਚ ਰਹਿੰਦੇ ਆ। ਅਤੇ 2011 ਦੀ ਜਨਗਣਨਾ ਦੇ ਅਨੁਸਾਰ ਇਹਨਾਂ ਦੀ ਆਬਾਦੀ ਸਿਰਫ 229 ਆ। ਅਤੇ ਅਗਲਾ ਸਾਬਕਾ ਉਹ ਸ਼ਿਕਾਰ ਇਹ ਪਤਾ ਕੀ ਕਰਦੇ ਆ, ਇਹਨਾਂ ਦਾ ਮੇਨ ਕੰਮ ਹੈ ਸ਼ਿਕਾਰ ਖੇਡਦੇ ਆ, ਮਤਲਬ ਸ਼ਿਕਾਰ ਖੇਡਦੇ ਨਹੀਂ ਕਹਿ ਸਕਦੇ, ਮਤਲਬ ਇਹਨਾਂ ਦਾ ਮੇਨ ਜੀਵਨ ਹੀ ਇੱਦਾਂ ਦਾ ਵਾ ਕਿ ਇਹ ਇਹਨਾਂ ਦਾ ਖਾਣਾ ਪੀਣਾ ਵਾ ਜਿਹੜਾ ਜ਼ਿਆਦਾਤਰ ਜਾਨਵਰਾਂ 'ਤੇ ਡਿਪੈਂਡ ਕਰਦਾ। ਮਗਰਮੱਛਾਂ ਨੂੰ ਨਿਸ਼ਾਨਾ ਬਣਾਉਂਦੇ ਆ, ਇਹ ਕਿਰਲੀਆਂ ਨੂੰ ਨਿਗਲ ਜਾਂਦੇ ਆ, ਅਜਗਰ ਵਗੈਰਾ ਵੀ ਖਾ ਲੈਂਦੇ ਆ, ਠੀਕ ਹੈ, ਜੰਗਲੀ ਸੂਰ ਵੀ ਖਾਂਦੇ ਆ। ਅਤੇ ਇਹ ਮੈਂ ਸਾਰਾ ਨੋਟ ਕਰ ਦਿੱਤਾ। ਨੈਕਸਟ ਹੈ, ਹਾਲ ਹੀ ਵਿੱਚ ਪਹਿਲੀ ਇੰਟਰਨੈਸ਼ਨਲ ਰੈਨਬੋ ਟੂਰਿਜ਼ਮ ਕਾਨਫਰੰਸ ਦਾ ਉਦਘਾਟਨ ਕਿਸ ਨੇ ਕੀਤਾ? ਹਾਂਜੀ, ਪਹਿਲੀ ਇੰਟਰਨੈਸ਼ਨਲ ਰੈਂਬੋ ਟੂਰਿਜ਼ਮ ਕਾਨਫਰੰਸ ਦਾ ਉਦਘਾਟਨ ਨੇਪਾਲ ਨੇ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਨੇਪਾਲ ਨੇ ਕੀਤਾ, ਤਾਂ ਦੇਖ ਸਕਦੇ ਹੋ ਤੁਸੀਂ ਉੱਤਰ ਪ੍ਰਦੇਸ਼ ਦੇ ਉੱਪਰ ਮੈਪ ਦੇ ਵਿੱਚ ਨੇਪਾਲ ਦੀ ਹੱਦ ਲੱਗ ਰਹੀ ਆ, ਠੀਕ ਹੈ। ਤਾਂ ਨੇਪਾਲ ਦੀ ਕੈਪੀਟਲ ਆ ਕਾਠਮਾਂਡੂ, ਕਰੰਸੀ ਆ ਨੇਪਾਲੀ ਰੁਪਏ ਆ, ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦਹਲ ਪ੍ਰਚੰਡ, ਪ੍ਰੈਜ਼ੀਡੈਂਟ ਆ ਰਾਮ ਚੰਦਰ ਪੌਂਡੇਲ, ਠੀਕ ਹੈ। ਹੁਣ ਨੇਪਾਲ ਦੀ ਗੱਲ ਹੋ ਰਹੀ ਆ, ਤਾਂ ਨੇਪਾਲ ਆਪਣੇ ਪਹਿਲੇ ਰੈਨਬੋ ਟੂਰਿਜ਼ਮ ਸਮਿਟ ਦੀ ਮੇਜ਼ਬਾਨੀ ਕਰੇਗਾ, ਜਿਸ ਦੀ ਅਗਵਾਈ ਮਾਈਕੋ ਪਾਹਿਨੀ ਨੇਪਾਲ ਅਤੇ ਨੇਪਾਲ ਟੂਰਿਜ਼ਮ ਬੋਰਡ ਕਰ ਰਿਹਾ ਵਾ।
ਕਾਨਫਰੰਸ ਦਾ ਉਦੇਸ਼ ਆ ਨੇਪਾਲ ਨੂੰ ਇੱਕ ਮੁੱਖ LGBT ਅਨੁਕੂਲ ਸੈਰ ਸਪਾਟਾ ਸਥਾਨ ਵਜੋਂ ਘੋਸ਼ਿਤ ਕਰਨਾ, ਜਿਸ ਵਿੱਚ ਦੇਸ਼ ਦੀ ਕਾਨੂੰਨੀ ਪ੍ਰਗਤੀ ਜਿਵੇਂ ਕਿ ਸਮਲਿੰਗੀ ਵਿਆਹ ਦੀ ਮਾਨਤਾ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਅਤੇ ਇਸ ਕਾਨਫਰੰਸ ਦਾ ਉਦਘਾਟਨ ਮਹਿਲਾ, ਬੱਚੇ ਅਤੇ ਸੀਨੀਅਰ ਸਿਟੀਜ਼ਨ ਮੰਤਰੀ ਭਗਵਤੀ ਚੌਧਰੀ ਨੇ ਕੀਤਾ। ਨੈਕਸਟ ਹੈ ਕਿ ਇਸ ਭਾਰਤੀ ਗ੍ਰੈਂਡ ਮਾਸਟਰ ਨੇ ਹਾਲ ਹੀ ਵਿੱਚ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਹਾਂਜੀ, ਕੈਂਡੀਡੇਟ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਆਰਗਾ ਆਰ ਪ੍ਰਗਿਆ ਸੋਰੀ ਇਹ ਗਲਤ ਆ ਡੀ ਗੁਕੇਸ਼ ਨੇ ਜਿੱਤਿਆ ਵਾ। ਡੀ ਗੁਕੇਸ਼, ਇਹਨਾਂ ਨੇ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਿਆ, ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ CDS CDS ਦਾ ਮਤਲਬ ਕੀ ਹੁੰਦਾ? ਚੀਫ ਆਫ ਡਿਫੈਂਸ ਸਟਾਫ। ਚੀਫ ਆਫ ਡਿਫੈਂਸ ਸਟਾਫ ਕੌਣ ਆ? ਜਨਰਲ ਅਨਿਲ ਚੌਹਾਨ। ਇਹ ਕਿਸ ਦੇਸ਼ ਦੇ ਸਰਕਾਰੀ ਦੌਰੇ 'ਤੇ ਗਏ ਆ? ਹਾਂਜੀ, ਜਨਰਲ ਅਨਿਲ ਚੌਹਾਨ ਕਹਿ ਸਕਦੇ ਹਾਂ ਆਪਾਂ। ਅਤੇ ਇਹ ਚੀਫ ਆਫ ਡਿਫੈਂਸ ਸਟਾਫ ਆ ਜਿਹੜੇ ਕਿ ਫਰਾਂਸ ਦੇ ਦੌਰੇ 'ਤੇ ਗਏ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਫਰਾਂਸ ਦੀ ਕੈਪੀਟਲ ਆ ਪੈਰਿਸ, ਕਰੰਸੀ ਆ ਯੂਰੋ, ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ। ਨੈਕਸਟ ਹੈ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਸੁਪਰ ਲਾਰਜ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ। ਸੁਪਰ ਲਾਰਜ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਵਾ ਜੀ, ਇਹ ਕੀਤਾ ਉੱਤਰ ਕੋਰੀਆ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਉੱਤਰ ਕੋਰੀਆ ਨੇ ਕੀਤਾ, ਇਸ ਦੀ ਕੈਪੀਟਲ ਕੀ ਆ? ਪੈਂਗਯੋਂਗ। ਕਰੰਸੀ ਆ ਸਾਊਥ ਨੌਰਥ ਕੋਰੀਅਨ ਬੋਨ। ਠੀਕ ਹੈ, ਅਤੇ ਸਾਊਥ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਨੂੰ ਵੰਡਣ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।